ਬੋਲੇ ਆਪਾਂ ਯਾਰਾ MBA ਮੁੰਡੇ ਤੋਂ ਰੇੜੀ ਜੀ ਖਿਲਾ ਕੇ ਕਿਤੇ ਕੋਈ ਗਲਤੀ ਤਾਂ ਨਹੀਂ ਕੀਤੀ? ਹੁਣ ਤਾਂ ਮੈਨੂੰ ਵੀ ਐਂ ਲੱਗਦਾ ਡੈਡੀ, ਪਰ ਅੱਜ ਕੱਲ੍ਹ ਦੇ ਪੜ੍ਹੇ ਲਿਖੇ ਮੁੰਡਿਆਂ ਤੋਂ ਆਹ ਕੰਮ ਕਿੱਥੇ ਹੁੰਦੇ ਨੇ? ਉਹਨਾਂ ਦਾ ਸਾਰਾ ਦਿਮਾਗ ਤਾਂ ਪੜ੍ਹਾਈ 'ਚ ਖਤਮ ਹੋ ਜਾਂਦਾ। ਪਰ ਇਹ ਤਾਂ ਸਾਲਾ ਪੜ੍ਹਿਆ ਹੀ ਨਹੀਂ, ਉਹੀ ਡਿਗਰੀ ਲਈ ਆ। ਸਹੀ ਗੱਲ ਆ, ਆਪਾਂ ਤਾਂ ਪੈਸੇ ਵੀ ਬਹੁਤ ਖਰਚਤੇ, ਹੁਣ ਕੀ ਕਰੀਏ? ਮੈਂ ਹੋਰ ਕਹਿਣਾ ਵੀ ਜਿੰਨੇ ਪੈਸੇ ਨੇ ਰੇੜੀ 'ਤੇ ਖਰਾਬ ਕਰਨੇ ਆ, ਕਿਉਂ ਨਾ ਉਹੀ ਪੈਸਾ ਜਿੱਥੇ ਇਹ ਇੰਟਰਵਿਊਆਂ ਦਿੰਦਾ ਕੋਈ ਬੰਦਾ ਕੱਢ ਕੇ ਇਹਨੂੰ ਨੌਕਰੀ ਦਵਾਈਏ। ਪਰ ਆਪਾਂ ਨੂੰ ਕੀ ਪਤਾ ਇਹ ਇੰਟਰਵਿਊਆਂ ਕਿੱਥੇ ਕਿੱਥੇ ਦੇ ਕੇ ਆਇਆ? ਇੱਕ ਜਗ੍ਹਾ ਦਾ ਤਾਂ ਪਤਾ ਆਪਾਂ ਨੂੰ। ਇੱਥੇ ਆਇਆ ਸੀ ਨਾ ਇੰਟਰਵਿਊ ਦੇਣ। ਉਹ ਹੈਪੀ ਦੀ ਜਗ੍ਹਾ ਬਦਲ ਲਈ, ਰੇੜੀ ਕਿੱਥੇ ਉਹਦੀ? ਉਹ ਯਾਰ ਨੇੜੇ ਤੇੜੇ ਹੀ ਹੋਣੀ ਆ, ਆ ਜਾਓ, ਜਿਹੜੇ ਕੰਮ ਆਇਆ ਪਹਿਲਾਂ ਉਹ ਤਾਂ ਕਰ ਲਈਏ। ਲਾਸਟ ਸਟੈਂਡ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਸੀਂ ਤੁਹਾਡੇ ਮੇਨ ਬੰਦੇ ਨੂੰ ਮਿਲਣਾ। ਹੁਣ ਤਾਂ ਜੀ ਸਾਰੇ ਜਣੇ ਚਲੇ ਗਏ, ਤੁਸੀਂ ਮੈਨੂੰ ਕੰਮ ਦੱਸੋ ਕੀ ਹੈ। ਕਈ ਵਾਰੀ ਇਹੋ ਜਿਹਾ ਬੰਦਾ ਸੈਟਲਮੈਂਟ ਕਰਾਉਂਦਾ ਹੁੰਦਾ, ਤੁਸੀਂ ਕਰ ਲਓ ਗੱਲ। ਸਾਡਾ ਮੁੰਡਾ ਨੌਕਰੀ ਲਈ ਇੰਟਰਵਿਊ ਦੇਣ ਆਇਆ ਸੀ ਇੱਥੇ, ਕੁਛ ਲੈ ਦੇ ਕੇ ਸੈਟਲਮੈਂਟ ਹੋ ਸਕਦੀ ਆ? ਉਹ ਕੀ ਬੋਲੀ ਜਾਂਦੇ ਤੁਸੀਂ, ਇਹ ਤਾਂ ਏਅਰ ਟੌਕ ਗੈਲਰੀ ਹੈ, ਇੱਥੇ ਕੋਈ ਇੰਟਰਵਿਊ ਨਹੀਂ ਹੁੰਦੀ। ਯਾਰ ਮੈਨੂੰ ਆਪ ਇੰਟਰਵਿਊ ਵਾਲੀ ਲਾਈਨ 'ਚ ਖੜੇ ਨੂੰ ਦੇਖਿਆ, MBA ਕੀਤੀ ਆ ਉਹਨੇ, ਤੇ ਤੁਹਾਡੇ ਆਫਿਸ ਦੇ ਬਾਹਰ ਫਾਸਟ ਫੂਡ ਦੀ ਰੇੜੀ ਵੀ ਲਾਉਂਦਾ। ਅੱਛਾ, ਉਹ ਤੁਹਾਡਾ ਮੁੰਡਾ? ਹਾਂਜੀ। ਆ ਗਈ ਸਿਆਣ? ਸਿਆਣ ਤਾਂ ਆ ਗਈ, ਉਹ ਤਾਂ ਸਾਡੀ ਇੱਕ ਮੈਡਮ ਤੇ ਲਾਈਨ ਮਾਰਦਾ, ਨਾਲੇ ਫਾਸਟ ਫੂਡ ਦੀ ਰੇੜੀ ਵੀ ਲਾਉਣੇ ਉਹਦੇ ਕਰਕੇ ਲਾਈ ਹੈ। ਕੀ ਹੋਰ ਕੀ, ਆ ਹੁਣ ਵੀ ਉਹਦੇ ਮਗਰ ਹੀ ਗਿਆ ਹੋਊਗਾ। ਗੱਲ ਸੁਣ, ਤੁਹਾਡੀ ਮੈਮ ਚੰਗੇ ਘਰੋਂ? ਚੰਗੇ ਮਾੜੇ ਦਾ ਤਾਂ ਮੈਨੂੰ ਪਤਾ ਨਹੀਂ, ਅਗਲੀ ਹਲਵਾਈਆਂ ਦੀ ਧੀ ਆ, ਹਿਸਾਬ ਲਾ ਲਓ ਅਗਲੇ ਖੁਰਚਰਿਆਂ ਨਾਲ ਹੀ ਫੈਂਟਣਗੇ। ਇਹਦੀ ਮੈਂ ਸਾਲੇ ਨੇ ਕੱਟਤਾ। ਕਿਆ ਹੋਈ ਯਾਰ, ਫਿਰ ਕੱਟਤਾ? ਇੱਕ ਮਿੰਟ ਮੈਨੂੰ ਫੜਾਓ ਇੱਧਰ। ਉਹ ਰੇੜੀ ਤੇ ਗਾਹਕ ਖੜੇ ਆ, ਮੈਂ ਬਾਤ ਕਰਦਾ, ਫੂਡ ਕੱਟੋ। ਗਾਹਕ ਖੜੇ ਆ ਰੇੜੀ ਤੇ। ਉਹ ਤੂੰ ਹੈ ਕਿੱਥੇ? ਓਏ ਉੱਥੇ ਲਾਈ ਆ ਜਿੱਥੇ ਪਹਿਲਾਂ ਵੀ, ਉੱਥੇ ਹੀ ਆ। ਉਹ ਉੱਥੇ ਤਾਂ ਅਸੀਂ ਖੜੇ ਆ, ਤੁਹਾਨੂੰ ਬੈਨ ਤਾਂ ਦੀਦ ਨਹੀਂ ਤੇਰੀ? ਹੈ? ਨਹੀਂ ਨਹੀਂ ਨਹੀਂ, ਉੱਥੋਂ ਸੱਚ ਕਮੇਟੀ ਵਾਲੇ ਨੇ ਚਕਾਤੀ ਇਹ ਜਗ੍ਹਾ ਬਦਲ ਲਈ। ਜਿੱਥੇ ਤੂੰ ਹੈਗਾ ਸਾਨੂੰ ਦੱਸ, ਅਸੀਂ ਉੱਥੇ ਆ ਜਾਂਦੇ ਆ। ਬਾਈ ਯਾਰ, ਰੇੜੀ ਤੇ ਗਾਹਕ ਖਲੋਤਿਆ ਫੇਰ ਕਹਿੰਦੇ ਘਾਟਾ ਪੈਂਦਾ, ਪਰਤਾਲਾਂ ਦਾ ਬਰਗਰ। ਹਾਂਜੀ, ਕਿੰਨੇ ਬਰਗਰ? ਬਾਅਦ ਚ ਕਰਦਾ, ਬਾਅਦ ਚ ਕੱਟਤਾ। ਮੈਂ ਤਾਂ ਸਾਲਾ ਪਹਿਲੀ ਸ਼ੱਕ ਸੀਗਾ ਜਿਹਨੇ ਸਾਰੀ ਉਮਰ ਡੱਕਾ ਨਹੀਂ ਤੋੜਿਆ, ਇੱਕਦਮ ਇੰਨੀ ਮਿਹਨਤ ਕਿਵੇਂ ਕਰਨ ਲੱਗਿਆ? ਭੋਲਿਆ, ਮੈਨੂੰ ਤਾਂ ਯਾਰਾ ਤੇਰੇ ਤੇ ਤਰਸ ਆਉਂਦਾ ਕਿ ਤੂੰ ਆਪਣੇ ਵੈਲਡਿੰਗ ਦੇ ਟਾਂਕਿਆਂ ਦੀ ਕਮਾਈ ਸਾਰੀ ਇਹਦੇ ਤੇ ਰੋੜ ਦਿੱਤੀ, ਤੇ ਸਾਲੇ ਨੇ ਉਹੀ ਕਮਾਈ ਟਾਂਕਾ ਪੜਾਉਣ ਤੇ ਲਾ ਦਿੱਤੀ। ਜਾਓ, ਮੈਨੂੰ ਵੀ ਵੈਲਡਿੰਗ ਦੀਆਂ ਚਿੰਗਿਆੜੀਆਂ ਦੀ ਸੌਂ, ਜੇ ਇਹਦੇ ਸਾਰੇ ਟਾਂਕੇ ਨਾ ਭੰਨਦਾ ਮੈਂ ਅੱਜ।